ਜਿਵੇਂ ਹੁਣ ਆਪਾਂ ਇਸ ਧਰਤੀ 'ਤੇ ਹਾਂ, ਇੱਥੋਂ ਫਰੀਦਕੋਟ ਰਾਜਾ ਵੀ ਚਲਾ ਗਿਆ, ਆਪਾਂ ਵੀ ਚਲੇ ਜਾਣਾ। ਬਾਬਾ ਫਰੀਦ ਜੀ ਆਏ, ਉਹਨਾਂ ਦਾ ਆਉਣਾ ਪ੍ਰਵਾਨ ਆ। ਉਹ ਆਏ, ਉਹਨਾਂ ਸੱਚ ਦਾ ਉਪਦੇਸ਼ ਦਿੱਤਾ, ਲੋਕਾਂ ਨੂੰ ਧਰਮ ਦ੍ਰਿੜ ਕਰਾਇਆ, ਉਹ ਵੀ ਚਲੇ ਗਏ। ਮਹਾਰਾਜ ਕਹਿੰਦੇ ਜੋ ਆਇਆ ਸੋ ਚੱਲ ਸੀ, ਸਭ ਨੇ ਚਲੇ ਜਾਣਾ। ਲੇਕਿਨ ਹੁਣ ਇਹ ਇੱਥੋਂ ਦਾ ਮਾਲਕ ਬਣਿਆ ਬੈਠਾ ਵੀ ਹਮ ਨਹੀਂ ਜਾਏਂਗੇ, ਇਹ ਹੁਣ ਚੌੜਾ ਹੋ ਗਿਆ ਇੱਥੇ। ਹੁਣ ਇਹ ਕੀ ਕਰਦਾ, ਮਹਿੰਗੇ ਮਹਿੰਗੇ ਕੱਪੜੇ ਪਹਿਨਦਾ, ਮਹਿੰਗੇ ਮਹਿੰਗੇ ਬੂਟ ਪਾਉਂਦਾ, ਅਤੇ ਬੜਾ ਚੌੜਾ ਹੋ ਕੇ ਚੱਲਦਾ। ਮਹਾਰਾਜ ਕੀ ਕਹਿੰਦੇ, ਕਹਿੰਦੇ ਕਾਪੜ ਪਹਿਰ ਕਰੇ ਚਤਰਾਈ, ਬੜਾ ਚਤਰ ਬਣਦਾ ਵੀ ਮੇਰੇ ਇੰਨਾ ਮਹਿੰਗਾ ਸੂਟ ਪਾਇਆ। ਅਤੇ ਫਿਰ ਅੱਗੇ ਜਾ ਕੇ ਮਹਾਰਾਜ ਸਮਝਾਉਂਦੇ, ਕਹਿੰਦੇ ਜੇ ਤੂੰ ਇੱਦਾਂ ਹੀ ਚੱਲਦਾ ਰਿਹਾ, ਗੁਰੂ ਦੀ ਸੇਵਾ ਨਾ ਕੀਤੀ, ਬਿਨ ਗੁਰ ਸੇਵੇ ਬਹੁਤ ਦੁੱਖ ਪਾਈ, ਬੜਾ ਦੁੱਖ ਮਿਲੇਗਾ, ਇਸ ਕਰਕੇ ਸਾਵਧਾਨ ਹੋ। ਲੇਕਿਨ ਇਹ ਸੁਣਦਾ ਨਹੀਂ, ਬੜੇ ਹੰਕਾਰ ਵਿੱਚ ਹੈ। ਫਿਰ ਮਹਾਰਾਜ ਇਹਨੂੰ ਸਮਝਾਉਂਦੇ ਵੀ ਦੇਖ ਮਿੱਤਰਾ, ਤੂੰ ਇਹਦੇ ਉੱਪਰ ਕੱਪੜਾ ਪਾ ਲਿਆ ਮਹਿੰਗਾ, ਕੱਪੜਾ ਤਾਂ ਅੱਛਾ ਹੈ, ਕਪਾਹ ਤੋਂ ਬਣਿਆ, ਲੇਕਿਨ ਜਿਹਦੇ ਉੱਤੇ ਪਾਇਆ ਹੀ ਨਾ ਤਾਂ ਇਹ ਗੰਦਗੀ ਹੋਊ, ਅਤੇ ਕਾਹਦਾ ਮਾਣ ਕਰੀ ਜਾਂਦਾ। ਇਹ ਜਿਹੜਾ ਤੇਰਾ ਸਰੀਰ ਆ, ਇਹ ਮਾਤਾ ਪਿਤਾ ਦੇ ਸੰਯੋਗ ਤੋਂ ਤਿਆਰ ਹੋਇਆ ਅਤੇ ਬਹੁਤ ਅੱਛਾ ਨਹੀਂ। ਮਹਾਰਾਜ ਕੀ ਸਮਝਾਉਂਦੇ, ਬਿਸ਼ਟਾ ਅਸਤ ਰਕਤ ਪਰੇਟੇ ਚਾਮ, ਤਿਸ ਉੱਪਰ ਲੈ ਰਾਖਿਓ ਗੁਮਾਨ। ਕਹਿੰਦੇ ਗੰਦਗੀ, ਖੂਨ, ਹੱਡੀਆਂ, ਚਮ ਚਲਪੇਟੀਆਂ, ਅਤੇ ਮਾਣ ਕਿਸ ਗੱਲ ਦਾ, ਅਤੇ ਕਿਉਂ ਹੰਕਾਰ ਕਰਦਾ, ਤੇਰੇ ਅੰਦਰੋਂ ਤਾਂ ਬਦਬੂ ਆਉਂਦੀ ਹੈ, ਤੇਰੇ ਕੋਲ ਬੈਠਣ ਨੂੰ ਦਿਲ ਨਹੀਂ ਕਰਦਾ। ਮਹਾਰਾਜ ਕੀ ਸਮਝਾਉਂਦੇ, ਕਹਿੰਦੇ ਮਨ ਕਾਹੇ ਹੰਕਾਰ ਅਫਾਰਾ, ਦੁਰਗੰਧ ਅਪਵਿੱਤਰ ਪਾਵਣ ਭੀਤਰ ਸਿਸੋ ਸ਼ਾਰਾ। ਕਹਿੰਦੇ ਤੇ ਨਾਸਵਾਨ ਆ ਸਾਰਾ ਕੁਛ, ਕੀ ਹੋ ਗਿਆ ਤੇਰੀ ਮਤ ਨੂੰ। ਲੇਕਿਨ ਹੁਣ ਜਿਹੜਾ ਜੀਵ ਅੰਮੇ 'ਚ ਹੁੰਦਾ, ਉਹਨੂੰ ਗੰਦਗੀ ਦੇ ਉੱਪਰ ਬੈਠਾ ਵੀ ਫੁੱਲਿਆ ਨਹੀਂ ਸਮਾਉਂਦਾ, ਉਹਨੂੰ ਭਰਮ ਹੀ ਐਸਾ ਪੈ ਜਾਂਦਾ। ਇਹਨਾਂ ਪੰਜਾਂ ਨੇ, ਕਾਮ ਕ੍ਰੋਧ ਲੋ ਮੋਹ ਹੰਕਾਰ ਨੇ, ਐਸਾ ਇਸਨੂੰ ਭਰਮ ਵਿੱਚ ਪਾਇਆ, ਇਹ ਮੇਰੀ ਮੇਰੀ ਕਰਦਾ, ਅਤੇ ਇਹਦਾ ਹੁਣ ਜਨਮ ਜਾ ਰਿਹਾ। ਮਹਾਰਾਜ ਕਹਿੰਦੇ ਮੇਰੀ ਮੇਰੀ ਕਰਤੇ ਜਨਮ ਗਇਓ, ਜੋ ਆਪਦਾ ਸੀ ਉਹਨੂੰ ਯਾਦ ਨਹੀਂ ਕੀਤਾ, ਆਪਦੇ ਘਰ ਬਾਰ ਦੀ ਸਾਰ ਨਹੀਂ ਲਈ, ਲੇਕਿਨ ਇੱਥੇ ਵਿਅਰਥ ਜਨਮ ਗਵਾ ਲਿਆ। ਹੁਣ ਗੁਰਮੁਖ ਪਿਆਰਿਓ, ਜਦੋਂ ਜੀਵ ਕੋਲ ਸੰਸਾਰ ਦਾ ਧਨ ਅੱਛਾ ਹੁੰਦਾ, ਉਹ ਫਿਰ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਵੀ ਨਿੰਦਿਆ ਕਰਦਾ, ਉਹਨਾਂ ਨੂੰ ਮਾੜਾ ਬੋਲਦਾ। ਅਤੇ ਮਹਾਰਾਜ ਕਹਿੰਦੇ ਵੀ ਜਿਹੜੇ ਮੇਰੇ ਨਾਮ ਜਪਦੇ ਨੇ ਉਹਨਾਂ ਨੂੰ ਮੈਂ ਜਪਾ ਰਿਹਾ, ਛੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਂ ਕਿ ਲਾਗੂ ਪਾਏ। ਦੇਖੋ ਗੁਰੂ ਸਾਹਿਬ ਕਹਿੰਦੇ ਕਿ ਅਸੀਂ ਉਹਨਾਂ ਦੇ ਪੈਰੀ ਲੱਗਣਾ ਚਾਹੁੰਦੇ ਜਿਹੜੇ ਨਾਮ ਜਪਦੇ ਨੇ, ਸਿਮਰਨ ਕਰਦੇ ਨੇ,
ਲੇਕਿਨ ਐਡਾ ਬੇਵਕੂਫ ਆ, ਇਹ ਨਿੰਦਿਆ ਕਰਦਾ ਉਹਨਾਂ ਦੀ। ਅਤੇ ਫਿਰ ਮਾਲਕ ਜਿਹੜਾ ਨਾ ਉਹ ਜਰਦਾ ਨਹੀਂ। ਜਿਹੜਾ ਵੀ ਜੀਵ ਉਹਦੇ ਸੰਤਾਂ ਸਾਧੂਆਂ ਦੀ ਭਗਤਾਂ ਦੀ ਨਿੰਦਿਆ ਕਰਦਾ, ਉਹ ਤਾਂ ਨਹੀਂ ਕੁਛ ਕਹਿੰਦੇ, ਉਹ ਤਾਂ ਠੀਕ ਸਤ ਬਚਨ ਜੀ, ਉਹਦੇ ਸਤਿਕਾਰ ਹੀ ਕਰਦੇ ਨੇ, ਅੱਗੋਂ ਨਿਆਉਂਦੇ ਰਹਿੰਦੇ ਨੇ। ਲੇਕਿਨ ਉਹ ਮਾਲਕ ਫਿਰ ਕੀ ਕਰਦਾ, ਉਹਦੀ ਉਮਰ ਘਟਾ ਦਿੰਦਾ। ਮਹਾਰਾਜ ਕੀ ਸਮਝਾਉਂਦੇ, ਸੰਤ ਕੇ ਦੁੱਖਨ ਆਰ ਜਾ ਘਟੇ, ਉਮਰ ਘਟ ਜਾਂਦੀ, ਹੋਰ ਕੋਈ ਤਰੀਕਾ ਨਹੀਂ ਉਮਰ ਘਟਾਉਣ ਦਾ। ਜੇਕਰ ਕਿਸੇ ਨੂੰ ਸੰਸਾਰ ਅੱਛਾ ਨਹੀਂ ਲੱਗਦਾ ਅਤੇ ਸੰਤਾਂ ਦੀ ਨਿੰਦਿਆ ਕਰਨ ਲੱਗ ਪਓ ਤਾਂ ਉਮਰ ਘਟ ਜਾਏਗੀ, ਉਹ ਜਰਦਾ ਹੀ ਨਹੀਂ। ਇਸ ਕਰਕੇ ਗੁਰਮੁਖ ਪਿਆਰਿਓ, ਕੀ ਹੋਇਆ, ਇਹਨੇ ਆਪਦੀਆਂ ਆਦਤਾਂ ਨਾ ਬਦਲੀਆਂ ਅਤੇ ਮਾਲਕ ਨੇ ਹੁਕਮ ਦਿੱਤਾ ਵੀ ਇਹਨੂੰ ਵਾਪਸ ਬੁਲਾਓ, ਇਹ ਜ਼ਿਆਦਾ ਔਖਾ ਹੋ ਗਿਆ ਇੱਥੇ, ਇਹ ਭੁੱਲ ਗਿਆ ਅਤੇ ਮੇਰੇ ਬੱਚਿਆਂ ਨੂੰ ਵੀ ਦੁਖੀ ਕਰਦਾ, ਹੁਣ ਤੈਨੂੰ ਵਾਪਸ ਸੱਦੋ। ਹੁਣ ਜੋ ਇੱਥੇ ਚੱਲ ਰਿਹਾ ਸੀ, ਚੰਗਾ ਧਨ ਵੰਡਿਆ ਸੰਸਾਰ ਦੇ ਵਿੱਚ, ਉਹਨੂੰ ਇਕੱਠਾ ਕਰਦਾ ਫਿਰਦਾ, ਅਤੇ ਉੱਧਰੋਂ ਹੁਕਮ ਆ ਗਿਆ, ਚੱਲ ਬਈ ਵਾਪਸ, ਤੇਰੇ ਪਿਤਾ ਨੇ ਬੁਲਾਇਆ। ਹੁਣ ਜਦੋਂ ਇਸ ਨੂੰ ਭੇਜਿਆ ਸੀ ਇੱਥੇ, ਸਵਾਸਾਂ ਦਾ ਧਨ ਗਿਣਤੀ ਦਾ ਦੇ ਕੇ ਭੇਜਿਆ ਸੀ, ਜਿਹਨੂੰ ਮਹਾਰਾਜ ਕਹਿੰਦੇ ਕਿ ਗਿਣ ਕਾਲ ਲਈ ਸਭ ਦਿਵਸ ਸਾਸ, ਨਹਿ ਬੜਨ ਕਟਨ ਤਿਲ ਸਾਰ, ਔਰ ਲਿਖਤ ਕੀਤੀ ਗਈ ਸੀ ਇੱਕ ਚਿੱਠੀ ਦੇ ਉੱਪਰ, ਲਿਖਤ ਕੀਤੀ ਗਈ ਸੀ। ਮਹਾਰਾਜ ਕੀ ਸਮਝਾਉਂਦੇ, ਇਹਨੂੰ ਗਿਣਤੀ ਦੇ ਸਵਾਸ ਦੇ ਕੇ ਸਮਝਾਇਆ ਸੀ ਕਿ ਇੰਨੇ ਸਵਾਸਾਂ ਬਾਅਦ ਤੂੰ ਵਾਪਸ ਆ ਜਾਣਾ, ਭਾਵ ਕਿ ਤੇਰਾ ਮਰਨ ਹੋ ਜਾਏਗਾ ਸੰਸਾਰ ਵੱਲੋਂ। ਮਹਾਰਾਜ ਕੀ ਕਹਿੰਦੇ, ਕਹਿੰਦੇ ਮਰਨ ਲਿਖਾਏ ਮੰਡਲ ਮੇ ਆਏ। ਹੁਣ ਇੱਕ ਪਰਵਾਨਾ ਇਹਨੂੰ ਦਿੱਤਾ ਸੀ, ਇੱਕ ਉੱਥੇ ਰੱਖੀ ਗਈ ਸੀ ਲਿਖਤ, ਲੇਕਿਨ ਇਹਨੇ ਤਾਂ ਭੁੱਲਿਆ ਆ ਪਰਵਾਨਾ ਉੱਥੇ ਹੀ। ਹੁਣ ਜਿਹੜੀ ਇਹਦੀ ਚਿੱਠੀ ਉੱਥੇ ਸੀ, ਜੋ ਪਰਵਾਨਾ ਸੀ, ਉਹਨੂੰ ਦਰਗਾਹ ਵਿੱਚ ਪਾੜ ਦਿੱਤਾ ਗਿਆ ਮਾਲਕ ਦੇ ਹੁਕਮ ਅਨੁਸਾਰ, ਬਈ ਇਹ ਨਹੀਂ ਸਮਝਦਾ, ਇਹਨੂੰ ਵਾਪਸ ਬੁਲਾਓ। ਮਹਾਰਾਜ ਕੀ ਸਮਝਾਉਂਦੇ, ਕਹਿੰਦੇ ਜਿਹਦੀ ਚਿੱਠੀ ਦਰਗਾਹ ਦੇ ਵਿੱਚ ਪਾੜ ਦਿੱਤੀ ਜਾਏ, ਉਹਨੂੰ ਕੋਈ ਨਹੀਂ ਬਚਾ ਸਕਦਾ। ਕੀ ਫਰਮਾਉਂਦੇ, ਦਰਗੇ ਚਿੰਨ੍ਹ ਕੀ ਚੀਰੀ ਪਾਟੀ, ਤਿੰਨਾ ਮਰਨਾ ਭਾਈ। ਬਸ ਕਹਿੰਦੇ ਹੁਣ ਜਾਏਗਾ, ਜਮਾਂ ਨੂੰ ਨਵਾਂ ਪਰਵਾਨਾ ਦੇ ਕੇ ਭੇਜ ਦਿੱਤਾ ਕਿ ਲਿਆਓ ਵੀ ਇਹਨੂੰ ਵਾਪਸ ਬੁਲਾ ਕੇ। ਮਹਾਰਾਜ ਕੀ ਸਮਝਾਉਂਦੇ, ਅਮਲ ਸਰਾਣੋਂ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ। ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ। ਆਹ ਦੇਖ ਬਈ, ਤੇਰੇ ਪਿਤਾ ਦਾ ਲਿਖਿਆ ਹੋਇਆ ਸਾਡੇ ਕੋਲ ਪਰਵਾਨਾ, ਅਤੇ ਚੱਲ ਸਾਬ ਦੇ। ਹੁਣ ਇਹ ਸੁੱਤਾ, ਸੰਗਤ ਨਹੀਂ ਕੀਤੀ, ਉਹਨਾਂ ਦੇਖਿਆ ਵੀ ਉਹਨੂੰ ਤਾਂ ਗਿਆਨ ਨਹੀਂ, ਪਰਵਾਨਾ ਦੇਖ ਨਹੀਂ ਰਿਹਾ। ਉਹਨਾਂ ਨੇ ਫਿਰ ਇਹਦੇ ਸਿਰ 'ਚ ਡੰਡਾ ਮਾਰਿਆ। ਮਹਾਰਾਜ ਕੀ ਸਮਝਾਉਂਦੇ, ਜਮ ਕੋ ਡੰਡ ਪਰਿਓ ਸਿਰ ਉੱਪਰ, ਤਬ ਸੋਵਤ ਹੈ ਜਾ ਕੇ ਉਹ, ਕਹਾ ਹੋਤ ਅਬ ਕੇ ਪਛਤਾਏ, ਛੂਟਤ ਨੈਣ ਭਾਗਿਓ। ਹੁਣ ਜਦੋਂ ਡੰਡਾ ਵੱਜਿਆ ਤਾਂ ਇਹਨੇ ਦੇਖਿਆ ਮੈਂ ਕਿੱਥੇ, ਉਹ ਕਹਿੰਦੇ ਵੀ ਆਹ ਦੇਖ ਤੇਰੇ ਪਿਤਾ ਦਾ ਲਿਖਿਆ ਹੋਇਆ ਸਾਡੇ ਕੋਲ,
ਗੰਢ ਤੇਰੀ ਖੋਲ੍ਹ ਦਿੱਤੀ ਅਤੇ ਅੱਗੇ ਚੱਲ ਲੇਖਾ ਦੇ ਚੱਲ ਕੇ। ਮਹਾਰਾਜ ਕੀ ਕਹਿੰਦੇ, ਕਹਿੰਦੇ ਖੁੱਲ੍ਹੀ ਗੰਢ ਉੱਠੋ ਲਿਖਿਆ ਆਇਆ ਰਾਮ। ਲੇਕਿਨ ਇਹਦਾ ਇੰਨਾ ਧਿਆਨ ਜੁੜਿਆ ਹੋਇਆ ਮਾਇਆ ਵਾਲੇ ਪਾਸੇ, ਕਿਉਂਕਿ ਖਿਲਾਰੀ ਬਹੁਤ ਮਾਇਆ, ਪਿਆਰ ਸੀ ਮਾਇਆ ਦੇ ਨਾਲ, ਹੋਰ ਵਧਾ ਰਿਹਾ ਸੀ ਅਤੇ ਹੁਣ ਇਹ ਗ੍ਰਾਹੀ 'ਤੇ ਜਾਂਦਾ ਸੀ, ਉੱਧਰੋਂ ਸਮਾਂ ਆ ਗਿਆ ਅਤੇ ਹੁਣ ਜਮਾਂ ਨੂੰ ਵੀ ਬੇਨਤੀ ਕਰਦਾ, ਕਿਉਂਕਿ ਇਹਨੇ ਸੰਸਾਰ ਦੇ ਵਿੱਚ ਰਿਸ਼ਵਤ ਲੈ ਕੇ ਲੈਣ ਦੇਣ ਕਰ ਕਰਕੇ ਧਨ ਇਕੱਠਾ ਕੀਤਾ ਹੋਇਆ ਅਤੇ ਇਹਦੀ ਉਹ ਆਦਤ ਬਣੀ ਵੀ ਸ਼ਾਇਦ ਇੱਥੇ ਵੀ ਕੰਮ ਚੱਲ ਜਾਏਗਾ, ਪਰ ਲੇਕਿਨ ਇੱਥੇ ਨਹੀਂ ਚੱਲਦਾ। ਮਹਾਰਾਜ ਕੀ ਸਮਝਾਉਂਦੇ, ਜਮਾਂ ਨੂੰ ਲਾਲਚ ਦੇਣ ਲੱਗਾ। ਕਰੂੰ ਅਰਦਾਸ ਗਾਉਂ ਕਿਛ ਬਾਕੀ, ਲਾਉਂ ਨਿਬੇੜ ਆਜ ਕੀ ਰਾਤੀ। ਵੀ ਤੁਸੀਂ ਐਂ ਕਰੋ, ਮੇਰਾ ਕਾਫੀ ਪੈਸਾ ਵੰਡਿਆ ਹੋਇਆ ਸੰਸਾਰ ਦੇ ਵਿੱਚ, ਅਤੇ ਮੈਨੂੰ ਇਕੱਠਾ ਕਰ ਲੈਣ ਦਿਓ, ਕੁਛ ਪਿੰਡ ਰਹਿ ਗਏ ਨੇ ਗਰਾ ਲੈਣ ਦਿਓ। ਕਹਿੰਦੇ ਮੈਂ ਤੁਹਾਡਾ ਵੀ ਖਰਚ ਪਾਣੀ ਕਰਾਂਗਾ, ਤੁਹਾਨੂੰ ਵੀ ਕੁਛ ਨਾ ਕੁਛ ਦਿਆਂਗਾ ਅਤੇ ਨਮਾਜ਼ ਆਪਾਂ ਤੁਰੇ ਤੁਰੇ ਜਾਂਦੇ ਪੜ੍ਹ ਲਾਂਗੇ। ਦੇਖੋ ਕਿੰਨਾ ਮਾਇਆ ਦੇ ਨਾਲ ਜੁੜਿਆ ਹੋਇਆ। ਜਮ ਇਸ ਨੂੰ ਸੁਣਾ ਰਹੇ ਨੇ ਵੀ ਤੈਨੂੰ ਲੈਣ ਵਾਸਤੇ ਆਏ, ਤੇਰੀ ਗੰਢ ਖੋਲ੍ਹ ਦਿੱਤੀ ਅਤੇ ਚੱਲ, ਅਤੇ ਇਹ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਕੁਛ ਮੈਥੋਂ ਲੈ ਲਓ, ਅਤੇ ਚੱਲਣਾ ਤਾਂ ਮੈਂ ਹੈਗਾ ਹੀ ਆ, ਪਰ ਇੱਕ ਰਾਤ 'ਤੇ ਦੇ ਦਿਓ, ਧਨ ਇਕੱਠਾ ਕਰ ਲਾਂ। ਦੇਖੋ ਕਿੱਡਾ ਲਾਲਚ। ਉਹ ਕਹਿੰਦੇ ਵੀ ਹੁਣ ਨਹੀਂ, ਅੱਗੇ ਲੱਗ, ਸਾਡੇ ਸਾਰਾ ਕੁਛ ਇੱਥੇ, ਹੁਣ ਨਹੀਂ ਸਮਾਂ। ਹੁਣ ਗੁਰਮੁਖ ਪਿਆਰੇ, ਹੋ ਜਦੋਂ ਗੰਢ ਖੁੱਲ੍ਹੀ, ਸ਼ਬਦ ਤੇਜ਼ ਹੋਇਆ ਅਤੇ ਜਮਾਂ ਨੂੰ ਹੁਕਮ ਆ ਕਿ ਤੁਸੀਂ ਇੰਨੀ ਦੂਰ ਚਲੇ ਜਾਣਾ, ਜਿੱਥੋਂ ਤੱਕ ਸ਼ਬਦ ਸੁਣਦਾ ਉਸ ਤੋਂ ਦੂਰ ਚਲੇ ਜਾਣਾ ਕਿ ਮੇਰਾ ਬੱਚਾ ਸ਼ਾਇਦ ਮੇਰੀ ਆਵਾਜ਼ ਦੇ ਵਿੱਚ ਸਮਾ ਕੇ ਘਰ ਵਾਪਸ ਆ ਜਾਏ। ਦੇਖੋ ਮਾਂ ਪਿਓ ਕਿੱਡਾ ਦਿਆਲੂ ਆ, ਸਾਰੀ ਉਮਰ ਯਾਦ ਨਹੀਂ ਕੀਤਾ, ਠੱਗੀਆਂ ਧੋਖੇ ਕੀਤੇ, ਹਉਮੇ ਵਿੱਚ ਰਿਹਾ, ਫਿਰ ਵੀ ਉਸਨੇ ਆਵਾਜ਼ ਦਿੱਤੀ। ਮਹਾਰਾਜ ਕੀ ਸਮਝਾਉਂਦੇ, ਜਦੋਂ ਇਹ ਗੰਢ ਖੁੱਲ੍ਹੀ ਉਹ ਮਾਲਕ ਬੋਲਿਆ। ਕਿਵੇਂ ਬੋਲਿਆ, ਪੰਚੇ ਸ਼ਬਦ ਵੱਜੇ ਮਤ ਗੁਰਮਤ, ਵਡਭਾਗੀ ਅਨਹਦ ਵੱਜਿਆ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ। ਬੜੀ ਉੱਚੀ ਆਵਾਜ਼ ਦਿੱਤੀ, ਛੇ ਖੱਟ ਚੱਕਰ ਹਿੱਲ ਗਏ। ਇਹ ਹੁਣ ਆਪਦੇ ਪਿਤਾ ਦੀ ਆਵਾਜ਼ ਤੋਂ ਹੀ ਡਰਦਾ ਹੋਇਆ ਜਮਾਂ ਵੱਲ ਭੱਜ ਲਿਆ ਅਤੇ ਉਹ ਕਹਿੰਦੇ ਆ ਜਾ ਵੀ, ਅਸੀਂ ਤਾਂ ਇਸੇ ਕੰਮ ਹੀ ਆਏ, ਪਕੜ ਲਿਆ। ਹੁਣ ਜਦੋਂ ਜਮਾਂ ਨੇ ਇਸ ਨੂੰ ਪਕੜ ਲਿਆ ਅਤੇ ਜਿਸ ਸਰੀਰ ਦੇ ਨਾਲ ਇਹਨੇ ਪਿਆਰ ਪਾਈ ਰੱਖਿਆ ਸਾਰੀ ਉਮਰ, ਉਹ ਟੈ ਢੇਰੀ ਹੋਣ ਲੱਗਿਆ। ਜਿਉਂ ਹੀ ਪਾਉਣ 'ਤੇ ਨਾਮ ਨੇ ਸਰੀਰ ਨੂੰ ਛੱਡਿਆ, ਥੱਲੇ ਮਿੱਟੀ ਖਿਲਰ ਗਈ, ਉੱਪਰ ਅਗਨਗਿਰੀ ਭਾਂਬੜ ਮੱਚਣ ਲੱਗੇ। ਜਦੋਂ ਆ ਕੇ ਉੱਪਰ ਪਾਣੀ ਗਿਰਿਆ ਅਤੇ ਇੱਕ ਉਬਲਦੀ ਹੋਈ ਨਦੀ ਦਾ ਰੂਪ ਧਾਰਨ ਕਰਕੇ ਵਹਿਣ ਲੱਗਿਆ। ਹੁਣ ਇਹਨੂੰ ਕਹਿੰਦੇ ਨੰਗ ਬੀਏ ਦੇ ਵਿੱਚ ਦੀ, ਇੱਥੇ ਠੱਲ ਲਿਆ ਨੰਗ ਇਹਨੂੰ। ਹੁਣ ਉਬਲਦੀ ਨਦੀ ਦੇ ਵਿੱਚ ਦੀ ਭਾਫਾਂ ਨਿਕਲਦੀਆਂ, ਲੰਘਣਾ ਬੜਾ ਔਖਾ। ਮਹਾਰਾਜ ਕੀ ਸਮਝਾਉਂਦੇ, ਆਗੇ ਬਿਮਲ ਨਦੀ ਅਗਨ ਬਿਖ ਝੇਲਾ,
ਤਿੱਥੇ ਅਵਰ ਨਾ ਕੋਈ ਜੀਉ ਅਕੇਲਾ। ਹੁਣ ਕੋਈ ਵੀ ਨਾਲ ਨਹੀਂ, ਜਾਂ ਇਹ ਅਤੇ ਜਾਂ ਜਮ ਨੇ। ਹੁਣ ਪਰਿਵਾਰ ਜਿਹੜਾ ਦੇਹ ਦੇ ਕੋਲ ਵਿਰਾਗ ਕਰ ਰਿਹਾ ਬੈਠਾ, ਕਿ ਸਾਡਾ ਸੰਗੀ ਸਾਥੀ ਚੜ੍ਹਾਈ ਕਰ ਗਿਆ, ਲੇਕਿਨ ਉਹਨਾਂ ਨੂੰ ਗਿਆਨ ਨਹੀਂ ਜਿਹੋ ਜਿਹਾ ਆਪ ਉਹੋ ਜਿਹਾ ਪਰਿਵਾਰ। ਆਪ ਵੀ ਸੰਗਤ ਨਹੀਂ ਕੀਤੀ, ਪਰਿਵਾਰ ਨੂੰ ਵੀ ਨਹੀਂ ਕਰਾਈ। ਹੁਣ ਗੁਰਮੁਖ ਪਿਆਰੇ ਹੋ, ਜਦੋਂ ਫਿਰ ਇਹਦੇ ਵਿੱਚ ਦੀ ਲੰਘਦਾ ਨਹੀਂ ਤਾਂ ਕੁੱਟਦੇ ਨੇ। ਮਹਾਰਾਜ ਕੀ ਸਮਝਾਉਂਦੇ, ਆਗੇ ਬਿਮਲ ਨਦੀ ਹੈ ਅਗਨ ਬਿਖ ਚੇਲਾ, ਤਿੱਥੇ ਅਵਰ ਨਾ ਕੋਈ ਜੀਉ ਅਕੇਲਾ। ਪੜ ਪੜ ਅਗਨ ਸਾਗਰ ਦੇ ਲਹਿਰੀ, ਪੜ ਦੱਜੇ ਮਨਮੁਖ ਤਾਈ ਹੈ। ਇਹਦੇ ਵਿੱਚ ਛੱਡਦੇ ਨੇ ਉਹ। ਹੁਣ ਦੇਖੋ, ਉਬਲਦੀ ਨਦੀ ਵਿੱਚ ਛੱਡਿਆ ਜਾਏ ਤਾਂ ਕੀ ਹਾਲ ਹੋਏਗਾ। ਇਹ ਹੁਣ ਮਨਮੁਖ ਦੀ ਹਾਲਤ ਹੋਣ ਲੱਗੀ, ਫਿਰ ਕੱਢਦੇ ਨੇ ਬਾਹਰ ਅਤੇ ਫਿਰ ਕੁੱਟਦੇ ਨੇ। ਜੋ ਆਪਾਂ ਸੁਖਮਨੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਜਹਿ ਭਿਆਨ ਦੂਤ ਜਮ ਦਲੇ, ਤੈ ਕੇਵਲ ਨਾਮ ਸੰਗ ਤੇਰੇ ਚਲੇ। ਅਤੇ ਨਾਮ ਦੀ ਤਾਂ ਨੇ ਪਰਵਾਹ ਹੀ ਨਹੀਂ ਕੀਤੀ, ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਸੰਗਤ ਕਰ ਲਾਂ ਅਤੇ ਨਾਮ ਦਾ ਭੇਤ ਲੈ ਲਾਂ, ਗੁਰੂ ਸਤਿਗੁਰ ਤੋਂ ਨਾਮ ਪ੍ਰਾਪਤ ਕਰ ਲਾਂ। ਲੇਕਿਨ ਹੁਣ ਗੁਰਮੁਖ ਪਿਆਰੇ ਹੋ, ਉਹ ਜਮ ਇਸ ਨੂੰ ਕੁੱਟਦੇ ਨੇ। ਹੁਣ ਜਿੱਥੇ ਪੰਜੇ ਤੱਤ ਇਕੱਠੇ ਹੋ ਜਾਂਦੇ ਨੇ, ਉਸ ਨੂੰ ਸੈਰ ਕਹਿੰਦੇ ਨੇ, ਸਮੁੰਦਰ। ਹੁਣ ਇਹਨੂੰ ਇੱਥੇ ਲੈ ਆਉਂਦਾ, ਚੱਲ ਵੀ ਇਹਦੇ ਵੇਦੀ ਨਾ ਗੁਣ। ਕਹਿੰਦੇ ਹੁਣ ਪਤਾ ਲੱਗੇਗਾ ਵੀ ਤੂੰ ਕਿੰਨਾ ਕੁ ਬਾਦਸ਼ਾਹ ਹੈ, ਕਿੰਨਾ ਕੁ ਧੰਨ ਹੈ ਤੇਰੇ ਕੋਲ, ਇੱਥੇ ਪਤਾ ਲੱਗਣਾ ਹੀ। ਕਹਿੰਦੇ ਮਹਾਰਾਜ ਕੀ ਸਮਝਾਉਂਦੇ, ਕਹਿੰਦੇ ਜਿੱਥੇ ਸੈਰ ਲੰਘਣਾ, ਅਗਨ ਪਾਣੀ ਸਗਾ, ਕੰਧੀ ਦਿਸ ਨਾ ਆਵੀ ਤਾਹੀ ਪਏ ਕਕਾ, ਨਾਨਕ ਉੱਥੇ ਜਾਣੀਏ ਸ਼ਾਹ ਕੇ ਪਾਤਸ਼ਾਹ। ਕਹਿੰਦੇ ਹੁਣ ਇੱਥੇ ਪਤਾ ਲੱਗਣਾ ਹੀ ਤੂੰ ਸ਼ਾਹ ਹੈ ਕਿ ਪਾਤਸ਼ਾਹ ਹੈ। ਜਿਹੜਾ ਇਕੱਠਾ ਕਰਦਾ ਰਿਹਾ ਉਹ ਤਾਂ ਰਹਿ ਗਿਆ ਉੱਥੇ, ਅਤੇ ਇੱਥੇ ਦੱਸ ਕੀ ਤੇਰੇ ਕੋਲ। ਕੁੱਟਣ ਲੱਗੇ ਫਿਰ ਮਹਾਰਾਜ ਸਮਝਾਉਂਦੇ, ਫਿਰ ਇਹ ਕੁੜੀ ਥਾਂ ਹੈ, ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਹੁਣ ਇੱਥੇ ਨਾ ਕੋਈ ਪਰਿਵਾਰ ਦਾ ਮੈਂਬਰ ਪਹੁੰਚ ਸਕਦਾ, ਅਤੇ ਨਾਮ ਕੋਲੇ ਨਹੀਂ, ਨਾ ਕੋਈ ਮਾਤਾ ਪਿਤਾ, ਨਾ ਬੱਚੇ, ਨਾ ਸੰਗੀ ਸਾਥੀ, ਨਾ ਭਰਾ, ਕੋਈ ਮਦਦ ਨਹੀਂ ਕਰ ਸਕਦਾ। ਤਾਂ ਹੁਣ ਇੱਥੋਂ ਵਿਚਾਰੋ ਵੀ ਨਾਮ ਜ਼ਰੂਰੀ ਹੈ ਕਿ ਨਹੀਂ ਜੀ। ਦੇਖੋ ਆਪਣੇ 'ਤੇ ਵੀ ਸਮਾਂ ਆਉਣਾ, ਹਾਂਜੀ, ਕਿਉਂਕਿ ਜਿਹੜਾ ਸੰਸਾਰ 'ਚ ਪੈਦਾ ਹੋ ਗਿਆ ਉਹਨੇ ਜਾਣਾ ਹੀ ਹੈ। ਅਤੇ ਜੇ ਤਾਂ ਹੁਣ ਆਪਣਾ ਇਸ ਤਰ੍ਹਾਂ ਚਲਾਉਣਾ ਸਿਸਟਮ ਆਪਾਂ, ਤਾਂ ਫਿਰ ਤਾਂ ਨਾਮ ਨਹੀਂ ਜ਼ਰੂਰੀ। ਅਤੇ ਤੁਸੀਂ ਮੈਨੂੰ ਲੱਗਦਾ ਸਮਝਦੇ ਹੋ ਕਿ ਨਾਮ ਜ਼ਰੂਰੀ ਜ਼ਰੂਰੀ ਹੈ ਨਾ ਜੀ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਕਹਿੰਦੇ ਮਾਤਾ ਪਿਤਾ, ਬੱਚੇ, ਇਸਤਰੀ, ਰਿਸ਼ਤੇਦਾਰ, ਸਭ ਕੂੜੇ ਸਾਖ ਨੇ, ਦੇਖੋ ਕੋਈ ਸਾਥ ਨਹੀਂ ਦੇ ਰਿਹਾ। ਅਤੇ ਸੱਚਾ ਸਾਖ ਹੈ ਨਾਮ, ਉਹ ਕੋਲੇ ਨਹੀਂ। ਇਸ ਕਰਕੇ ਜਦੋਂ ਵੀ ਅਸੀਂ ਮਹਾਰਾਜ ਦੇ ਦਰ 'ਤੇ ਉਹਨਾਂ ਨੇ ਇੱਕੋ ਹੀ ਮੰਗਣਾ ਕਿ ਬਿੰਦ ਤੁੱਧ ਹੋਰ ਜੇ ਸਿਰ ਦੁੱਖਾਂ ਕੇ। ਹੁਣ ਦੇਖੋ ਜੇ ਕਿਸੇ ਨੇ ਪੁੱਤਰ ਮੰਗਿਆ ਹੋਵੇਗਾ ਤਾਂ ਅੱਜ ਦੁੱਖੇ ਨਾ ਛਡਾਉਣ ਨਹੀਂ ਆ ਰਿਹਾ। ਦੇਖੋ ਕਿਉਂਕਿ ਗੁਰਮੁਖਾਂ ਦੀ ਬਾਣੀ ਆਏ, ਉਹ ਆਂਦਨ ਜਾਗਦੇ ਸੀ, ਉਹਨਾਂ ਦੀ ਦਿਵ ਦ੍ਰਿਸ਼ ਸੀ, ਉਹ ਦੇਖਦੇ ਸੀ ਵੀ ਇਹਨਾਂ ਸਾਥ ਨਹੀਂ ਦੇਣਾ।
ਇਹਨਾਂ ਦੀ ਦੋਸਤੀ ਤਾਂ ਸਿਰਫ ਮਾਇਆ ਤੱਕ ਸੀਮਿਤ ਆ, ਅਤੇ ਜੇ ਉਹ ਪੂਰੀ ਨਾ ਕੀਤੀ ਤਾਂ ਪੁੱਤਰ ਨੇ ਪਿਓ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ। ਮਨਮੁੱਖਾਂ ਦੀ ਦੋਸਤੀ ਝੂਠੀ, ਉਹ ਸਾਥ ਛੱਡ ਜਾਂਦੇ ਨੇ। ਅਤੇ ਸਾਥ ਤਾਂ ਇੱਕੋ ਹੀ ਨਿਭਾਉਂਦਾ ਹੈ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ, ਉਹ ਨਿਭਾਉਂਦਾ ਹੈ ਜਿਹਦੇ ਨੂੰ ਆਪਾਂ ਦਿਨ ਰਾਤ ਯਾਦ ਕਰਨ ਲੱਗੇ। ਹੁਣ ਕੀ ਹੋਇਆ ਜੀ, ਕੁੱਟਣ ਲੱਗੇ ਫਿਰ ਇਹ ਕੀ ਕਹਿੰਦਾ, ਕਿਉਂਕਿ ਸਿਆਣਾ ਬੜਾ ਰਿਹਾ ਸੰਸਾਰ ਦੇ ਵਿੱਚ, ਅਤੇ ਮੈਨੂੰ ਯਾਰ ਇਸ ਰਸਤੇ ਤਾਂ ਨਾ ਲੈ ਕੇ ਚੱਲੋ, ਇਹਦੇ 'ਤੇ ਕੁੱਟ ਪੈਂਦੀ ਬੜੀ, ਇਹ ਤਾਂ ਆਪਦਾ ਰਸਤਾ ਹੈ। ਉਹ ਕਹਿੰਦੇ ਵੀ ਗੱਲ ਸੁਣ, ਜਦੋਂ ਤੇਰੇ ਕੋਲ ਸਵਾਸਾਂ ਦਾ ਧਨ ਸੀ ਉਦੋਂ ਮੌਕਾ ਸੀ, ਉਦੋਂ ਤੂੰ ਇਹ ਸੰਸਾਰ ਦਾ ਰਸਤਾ ਨਹੀਂ ਛੱਡਿਆ, ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ। ਅਤੇ ਤੂੰ ਪੰਥ ਜਿਹੜਾ ਰਸਤਾ ਸੀ ਘਰ ਨੂੰ ਜਾਣ ਵਾਲਾ, ਉਹ ਤਾਂ ਸਿਆਣਾ ਹੀ ਨਹੀਂ, ਅਤੇ ਤੂੰ ਇਸ ਸੰਸਾਰ ਦੇ ਰਸਤੇ 'ਤੇ ਚੱਲਦਾ ਰਿਹਾ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਇਹ ਤਾਂ ਧੋਖਾ, ਅਤੇ ਹੁਣ ਨਾ ਇਸੇ ਰਸਤੇ ਜਾਣਾ ਪਏਗਾ। ਅਤੇ ਆਪਦਾ ਜਿਹੜਾ ਪੁੰਨ ਦਾਨ ਕੀਤਾ ਇਹਨੇ ਧਰਮ ਰਾਏ ਨੂੰ ਦੱਸ ਦੇ। ਮਹਾਰਾਜ ਕੀ ਸਮਝਾਉਂਦੇ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ। ਹੁਣ ਇਹ ਕਹਿਣ ਲੱਗੇ ਵੀ ਧਰਮ ਰਾਏ ਨੂੰ ਦੱਸੀ ਆਪਦਾ ਪੁੰਨ ਦਾਨ। ਜਦੋਂ ਧਰਮ ਰਾਏ ਨੂੰ ਦੱਸਿਆ ਜਾ ਕੇ, ਉਹ ਕਹਿੰਦਾ ਬਈ ਇਹ ਚਿੱਕੜ ਦਾ ਇੱਥੇ ਕੋਈ ਕੰਮ ਨਹੀਂ, ਜਿੱਥੇ ਪੱਥਰ ਦੇ ਬੰਧ ਟੁੱਟ ਜਾਣ ਉੱਥੇ ਚਿੱਕੜ ਕੀ ਕਰੇਗਾ। ਮਾਰੇ ਕੀ ਸਮਝਾਉਂਦੇ, ਅੰਧੇ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਧ। ਕਹਿੰਦੇ ਓਨੀ ਖੜਦਾ ਚਿੱਕੜ, ਤੂੰ ਇਹ ਦੱਸ ਕੀ ਕਰਦਾ ਰਿਹਾ ਸਾਰੀ ਉਮਰ, ਉਹ ਦੱਸ ਹੁਣ ਲੇਖਾ ਲਿਖ ਕੇ ਲਿਆਇਆ। ਉਹ ਕਹਿੰਦਾ ਜੀ ਕਿਹੜਾ ਲਿਖਣਾ ਸੀ। ਕਹਿੰਦਾ ਵੀ ਜੋ ਤੈਨੂੰ ਸਵਾਸ ਦਿੱਤੇ ਸੀ ਤੇਰੇ ਪਿਤਾ ਨੇ ਸਮਝਾ ਕੇ ਭੇਜਿਆ ਸੀ, ਆਪੇ ਪੱਟੀ ਕਲਮ ਆਪ ਉੱਪਰ ਲਿਖ ਵੀ ਤੂੰ, ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੂ, ਅਤੇ ਤੂੰ ਲਿਖਿਆ ਨਹੀਂ। ਅਤੇ ਐਡਾ ਕੀਮਤੀ ਧਨ ਸੀ ਸਵਾਸਾਂ ਦਾ, ਜਿਸ ਦੇਸ਼ 'ਚ ਤੈਨੂੰ ਭੇਜਿਆ ਸੀ ਉਹਦੇ ਬਦਲੇ ਤਾਂ ਇੱਕ ਸਾਰੇ ਦੇਸ਼ ਦੇ ਬਦਲੇ ਇੱਕ ਵੀ ਸਵਾਸ ਨਹੀਂ ਸੀ ਆਉਣਾ, ਇਹ ਰਤਨ ਸੀ, ਅਤੇ ਤੂੰ ਇਹਦਾ ਹਿਸਾਬ ਹੀ ਨਹੀਂ ਰੱਖਿਆ। ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹਦਾ ਹਿਸਾਬ ਰੱਖਣਾ। ਉਹ ਕਹਿੰਦੇ ਅੱਛਾ ਕੀ ਕਰਦਾ ਰਿਹਾ ਸਾਰੀ ਉਮਰ। ਕਹਿੰਦਾ ਜੀ ਬੱਚੇ ਪਾਲਦਾ ਰਿਹਾ, ਪਰਿਵਾਰ ਪਾਲਦਾ ਰਿਹਾ। ਕਹਿੰਦੇ ਅੱਛਾ ਤੂੰ ਪਾਲਦਾ ਰਿਹਾ ਪਰਿਵਾਰ। ਕਹਿੰਦਾ ਹਾਂਜੀ। ਕਹਿੰਦੇ ਵੀ ਦੇਖ ਬਈ ਸਾਰਿਆਂ ਨੂੰ ਸਵਾਸ ਦੇਣ ਵਾਲਾ ਪਰਮਾਤਮਾ ਪਾਲਦਾ ਤਾਂ ਉਹ ਹੈ, ਅਤੇ ਤੂੰ ਕਿਹੜੇ ਭਰਮ 'ਚ ਪਿਆ ਰਿਹਾ ਵੀ ਮੈਂ ਪਾਲਦਾ ਰਿਹਾ। ਤੂੰ ਸਵਾਸ ਦੇ ਸਕਦਾ ਸੀ ਉਹਨਾਂ ਨੂੰ ਚੁੱਪ, ਅਤੇ ਅੱਜ ਤੇਰਾ ਸਵਾਸ ਖਤਮ ਹੋਇਆ ਤਾਂ ਕੀ ਹੋਣ ਲੱਗਾ ਤੇਰੇ ਨਾਲ, ਅਤੇ ਤੂੰ ਕਿੱਦਾਂ ਪਾਲਦਾ ਰਿਹਾ ਵੀ ਉਹਨਾਂ ਨੂੰ। ਉਹ ਕਹਿੰਦੇ ਚੱਲ ਜੇ ਪਾਲਦਾ